ਬੀਤੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਮੈਂਬਰਾਂ ਨੂੰ ਮਰਿਆਦਾ ਭੰਗ ਕਰਨ ਸੰਬੰਧੀ ਤਨਖਾਹੀਆਂ ਕਰਾਰ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਕੁਝ ਹੋਲੜਬਾਜ਼ਾਂ ਦੇ ਵੱਲੋਂ ਉੱਥੇ ਮਾਹੌਲ ਖਰਾਬ ਕੀਤਾ ਗਿਆ। ਜਿਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਬਿਹਾਰ ਪੁਲਿਸ ਅਤੇ ਸਰਕਾਰ ਨੂੰ ਤਾੜਨਾ ਕਰਦੇ ਅਪੀਲ ਕੀਤੀ ਹੈ ਕਿ ਉਹ ਇਹਨਾਂ ਹੋਲੜਬਾਜ਼ਾਂ 'ਤੇ ਨਕੇਲ ਕਸੇ ਅਤੇ ਇੱਕ ਤਨਖਾਹੀਆਂ ਮੈਂਬਰ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿੱਚ ਦਖਲਅੰਦਾਜ਼ੀ ਕਰਨ ਤੋਂ ਰੋਕੇ, ਨਹੀਂ ਤਾਂ ਦੇਸ਼ ਭਰ ਤੋਂ ਸਿੱਖ ਬਿਹਾਰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚਣਗੇ ਅਤੇ ਜੇਕਰ ਮਾਹੌਲ ਖਰਾਬ ਹੋਇਆ ਤਾਂ ਉਸਦੀ ਜ਼ਿੰਮੇਵਾਰ ਬਿਹਾਰ ਦੀ ਸਰਕਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਔਰ ਆਖਰ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਨੇ ਪਟਨਾ ਸਾਹਿਬ ਦੇ ਮੈਂਬਰ ਸਾਹਿਬਾਨ ਦੇ ਲਿਖਤੀ ਦੇਣ ਦੇ ਉੱਤੇ ਦਖਲ ਅੰਦਾਜ਼ੀ ਕੀਤੀ ਅਤੇ ਫੈਸਲਾ ਕੀਤਾ। ਪਤਾ ਲੱਗਿਆ ਕਿ ਉੱਥੇ ਕੁਝ ਹੁੱਲੜਬਾਜ਼ ਜਿਹੜੇ ਨੇ ਉਹ ਕੱਲ੍ਹ ਦੀ ਹੁੱਲੜਬਾਜ਼ੀ ਕਰ ਰਹੇ ਆ ਅਤੇ ਅੱਜ ਇੱਕ ਤਨਖਾਹੀਏ ਵਿਅਕਤੀ ਨੂੰ ਤਖ਼ਤ ਸਾਹਿਬ ਦੇ ਅੰਦਰ ਜਿਹੜੀਆਂ ਉਹ ਲਿਜਾਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਇਹ ਬਹੁਤ ਮੰਦਭਾਗ ਹੈ ਔਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਦੇ ਦਿੱਤਾ ਕਿ ਹੁੱਲੜਬਾਜ਼ ਇੱਥੇ ਬਾਜ਼ ਨਹੀਂ ਆ ਰਹੇ, ਲੇਕਿਨ ਬਿਹਾਰ ਸਰਕਾਰ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕ ਰਹੀ। ਇਸ ਲਈ ਅਸੀਂ ਬਿਹਾਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਹੁੱਲੜਬਾਜ਼ਾਂ ਦੀ ਜਿਹੜੀ ਕਾਰਵਾਈ ਉਹਨੂੰ ਤੁਰੰਤ ਰੋਕਿਆ ਜਾਏ ਔਰ ਜੇ ਇੱਕ ਤਨਖਾਹੀਆ ਵਿਅਕਤੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੰਦਰ ਪ੍ਰਵੇਸ਼ ਕਰਕੇ ਅਤੇ ਧਾਰਮਿਕ ਮਰਿਆਦਾ ਨਿਭਾਉਂਦਾ ਹੈ ਰੋਕ ਲੱਗੀ ਹੋਣ ਦੇ ਬਾਵਜੂਦ, ਤਾਂ ਪੰਜਾਬ ਦੇ ਜਾਂ ਭਾਰਤ ਦੇ ਹੋਰ ਸੂਬਿਆਂ ਤੋਂ ਸਿੱਖ ਜਿਹੜੇ ਆ ਉਹ ਮਜਬੂਰ ਹੋਣਗੇ ਪਟਨਾ ਸਾਹਿਬ ਪਹੁੰਚਣ ਵਾਸਤੇ। ਜੇ ਹਾਲਾਤ ਖਰਾਬ ਹੁੰਦੇ ਆ ਉੱਥੇ ਕਿਸੇ ਦਾ ਜਾਨੀ ਨੁਕਸਾਨ ਹੁੰਦਾ ਅਤੇ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੇਵਲ ਅਤੇ ਕੇਵਲ ਬਿਹਾਰ ਸਰਕਾਰ ਦੀ ਅਤੇ ਪਟਨਾ ਸਾਹਿਬ ਦੇ ਪ੍ਰਸ਼ਾਸਨ ਦੀ ਹੋਏਗੀ। ਅਸੀਂ ਫਿਰ ਕਹਿ ਰਹੇ ਹਾਂ ਕਿ ਜੇ ਪਟਨਾ ਸਾਹਿਬ ਦੇ ਵਿੱਚ ਹਾਲਾਤ ਖਰਾਬ ਹੁੰਦੇ ਆ, ਉੱਥੇ ਧਾਰਮਿਕ ਮਰਿਆਦਾ ਦੇ ਵਿੱਚ ਹੁੱਲੜਬਾਜ਼ਾਂ ਵੱਲੋਂ ਵਿਘਨ ਪਾਉਣ ਦਾ ਯਤਨ ਕੀਤਾ ਜਾਂਦਾ, ਇੱਕ ਤਨਖਾਹੀਏ ਬੰਦੇ ਨੂੰ ਅੰਦਰ ਪ੍ਰਵੇਸ਼ ਕਰਾਉਣ ਦੀ ਜ਼ਬਰਦਸਤੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਪੰਜਾਬ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਪਟਨਾ ਸਾਹਿਬ ਪਹੁੰਚਣ ਦੇ ਲਈ ਤਿਆਰ ਹੋਣਗੀਆਂ ਅਤੇ ਫਿਰ ਜੇ ਉੱਥੇ ਹਾਲਾਤ ਖਰਾਬ ਹੁੰਦੇ ਆ ਤਾਂ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਏਗੀ। ਅਸੀਂ ਸਰਕਾਰ ਨੂੰ ਅਤੇ ਬਿਹਾਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਉੱਥੇ ਹੁੱਲੜਬਾਜ਼ਾਂ ਨੂੰ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਨੱਥ ਪਾਈ ਜਾਏ। ਕੱਲ੍ਹ ਦੀ ਸਰਕਾਰ ਜਿਹੜੀ ਹੈ ਉੱਥੇ ਸੁੱਤੀ ਹੋਈ ਹੈ, ਕੁਛ ਵੀ ਨਹੀਂ ਕਰ ਰਹੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਲੱਗਦਾ ਕਿ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਵਿੱਚ ਖੂਨ ਖਰਾਬਾ ਹੋਵੇ। ਇਹ ਮੰਦਭਾਗੀ ਗੱਲ ਹੈ, ਇਹਨੂੰ ਰੋਕਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।